ਦੋਸਤੋ ਭਾਰਤ ਦੇਸ਼ ਹੁਣ ਲੜਕੀਆਂ ਦੇ ਲਈ ਸੁਰੱਖਿਤ ਦੇਸ਼ ਨਹੀਂ ਰਿਹਾ ਇਹ ਅਸੀਂ ਨਹੀਂ ਬਲਕਿ ਥਾਮਸਨ ਰੂਟਰਸ ਫਾਊਂਡੇਸ਼ਨ ਵੱਲੋਂ ਕੀਤਾ ਗਿਆ ਸਰਵੇਖਣ ਕਹਿ ਰਿਹਾ ਸਰਵੇਖਣ ਦੇ ਵਿੱਚ 550 ਤੋਂ ਵੱਧ ਮਾਹਿਰਾਂ ਨੇ ਸ਼ਮੂਲੀਅਤ ਕੀਤੀ ਆਪਣੇ ਵਿਚਾਰ ਦਿੱਤੇ ਜਿਸ ਤੋਂ ਬਾਅਦ ਇਹ ਨਤੀਜਾ ਕੱਢਿਆ ਗਿਆ ਕਿ ਭਾਰਤ ਉਹਨਾਂ ਦੇਸ਼ਾਂ ਵਿੱਚ ਸਭ ਤੋਂ ਅੱਗੇ ਹੈ ਜਿੱਥੇ ਲੜਕੀਆਂ ਸੁਰੱਖਿਤ ਨਹੀਂ ਆ ਯਾਨੀ ਕਿ ਭਾਰਤ ਲੜਕੀਆਂ ਦੇ ਲਈ ਔਰਤਾਂ ਦੇ ਲਈ ਖਤਰਨਾਕ ਦੇਸ਼ ਬਣ ਚੁੱਕਾ ਹੈ ਇਹ ਇਸ ਸਰਵੇਖਣ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪਿਛਲੀ ਵਾਰ ਜਦੋਂ ਸਰਵੇਖਣ ਹੋਇਆ ਸੀ ਤਾਂ ਉਸ ਵੇਲੇ ਅਫਗਾਨਿਸਤਾਨ ਪਾਕਿਸਤਾਨ ਇਰਾਕ ਜਿਹੜੇ ਦੇਸ਼ ਸੀਗੇ ਇਹ ਭਾਰਤ ਤੋਂ ਅੱਗੇ ਸੀਗੇ ਪਰ ਇਸ ਵਾਰ ਜੇ ਅਸੀਂ ਗੱਲ ਕਰਦੇ ਹਾਂ ਤਾਂ ਭਾਰਤ ਇਸ ਸਿਖਰ ਤੇ ਪਹੁੰਚ ਚੁੱਕਾ ਹੈ ਜਿੱਥੇ ਔਰਤਾਂ ਦੇ ਨਾਲ ਅਸੀਂ ਜੇ ਗੱਲ ਕਰੀਏ ਅਤਿਆਚਾਰ ਔਰਤਾਂ ਤੇ ਹਿਊਮਨ ਟ੍ਰੈਫਿਕਿੰਗ ਜਿਹਨੂੰ ਆਪਾਂ ਔਰਤਾਂ ਦੀ ਤਸਕਰੀ ਕਹ ਲੀਏ ਉਹਨਾਂ ਤੇ ਜ਼ੁਲਮ ਕਹ ਲੀਏ ਉਹਨਾਂ ਨੂੰ ਗੁਲਾਮ ਬਣਾਉਣ ਦੀਆਂ ਘਟਨਾਵਾਂ ਕਹ ਲੀਏ ਉਹਨਾਂ ਦਾ ਗਰਭਪਾਤ ਕਰਾਉਣ ਦੀਆਂ ਗੱਲਾਂ ਕਰ ਲਈਏ ਅਜਿਹੇ ਘਟਨਾਵਾਂ ਜਿਹੜੀਆਂ ਲਗਾਤਾਰ ਭਾਰਤ ਦੇ ਵਿੱਚ ਵਾਧੀਆਂ ਜਾ ਰਹੀਆਂ ਨੇ ਜਿਸ ਦੇ ਆਧਾਰ ਤੇ ਇਹ ਗੱਲ ਸਾਹਮਣੇ ਆ ਚੁੱਕੀ ਹੈ ਹੁਣ ਸਰਵੇਖਣ ਦੇ ذریعے ਕਿ ਭਾਰਤ ਉਸ ਸੂਚੀ ਦੇ ਵਿੱਚ ਸਭ ਤੋਂ ਅੱਗੇ ਪਹੁੰਚ ਚੁੱਕਾ ਹੈ ਇਸ ਵਿਸ਼ੇ ਨੂੰ ਲੈ ਕੇ ਅੱਜ ਲੋਕਾਂ ਦੇ ਵਿੱਚ ਵਿਚਰਾਂਗੇ ਖਾਸ ਤੌਰ ਤੇ ਲੜਕੀਆਂ ਦੇ ਨਾਲ ਗੱਲ ਕਰਾਂਗੇ ਪੁੱਛਾਂਗੇ ਕਿ ਕੀ ਸੱਚੀ ਭਾਰਤ ਹੁਣ ਸੁਰੱਖਿਅਤ ਨਹੀਂ ਰਿਹਾ ਤੇ ਭਾਰਤ ਦੇ ਵਿੱਚ ਨਾਲ ਦੀ ਨਾਲ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਹਮੇਸ਼ਾ ਪੰਜਾਬ ਦੇ ਬਾਰੇ ਗੱਲ ਕਰਦੇ ਹਾਂ ਤੇ ਪੰਜਾਬ ਦੇ ਹਾਲਾਤ ਕੀ ਨੇ ਉਹ ਵੀ ਪੁੱਛਾਂਗੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਲੜਕੀਆਂ ਕਿੰਨੀਆਂ ਕੁ ਸੁਰੱਖਿਅਤ ਨੇ ਜਾਂ ਨਹੀਂ ਸੁਰੱਖਿਅਤ ਇਹ ਵੀ ਲੜਕੀਆਂ ਦੇ ਨਾਲ ਗੱਲ ਕਰਾਂਗੇ ਤੇ ਇਹ ਵੀ ਪੁੱਛਾਂਗੇ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਆਓ ਇਸ ਵਿਸ਼ੇ ਤੇ ਲੜਕੀਆਂ ਦੇ ਨਾਲ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਇਸ ਵਕਤ ਸਾਡੇ ਨਾਲ ਲੜਕੀਆਂ ਮੌਜੂਦ ਨੇ ਲੜਕੀਆਂ ਦੇ ਬਾਰੇ ਇਹ ਗੱਲ ਹੋ ਰਹੀ ਹੈ ਕਿ ਖਤਰਨਾਕ ਹੋ ਗਈ ਹੈ ਦੇਸ਼ ਭਾਰਤ ਦੀ ਗੱਲ ਕਰਦੇ ਹਾਂ ਸਾਡਾ ਦੇਸ਼ ਖਤਰਨਾਕ ਹੋ ਚੁੱਕਾ ਹੈ ਲੜਕੀਆਂ ਲਈ ਇਹਨਾਂ ਦੇ ਐਕਸਪੀਰੀਅੰਸ ਕੀ ਨੇ ਪਰਸਨਲ ਐਕਸਪੀਰੀਅੰਸ ਕੀ ਨੇ ਉਹ ਵੀ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਕੀ ਨਾਮ ਜੀ ਤੁਹਾਡਾ ਸਜਲ ਪ੍ਰੀਤਕੌਰ ਸਜਨ ਤੁਸੀਂ ਕਿੱਦਾਂ ਸਮਝਦੇ ਹੋ ਇੰਡੀਆ ਨੂੰ ਇਹ ਕਹਿ ਦਿੱਤਾ ਗਿਆ ਹੁਣ ਸਰਵੇ ਦੇ ਵਿੱਚ ਕਿ ਸਭ ਤੋਂ ਵਰਸਟ ਕੰਟਰੀ ਬਣ ਚੁੱਕੀ ਹੈ ਲੜਕੀਆਂ ਦੇ ਲਈ ਸੁਰੱਖਿਆ ਲੜਕੀਆਂ ਦੀ ਸਹੀ ਨਹੀਂ ਹੈਗੀ ਤੇ ਸਭ ਤੋਂ ਜ਼ਿਆਦਾ ਜਿਹੜੀਆਂ ਹਾਦਸੇ ਲੜਕੀਆਂ ਨਾਲ ਹੋ ਰਹੇ ਉਹ ਵੀ ਇਸੇ ਕੰਟਰੀ ਦੇ ਵਿੱਚ ਹੋ ਰਹੇ ਕਿਹਦਾ ਦੇਖਦੇ ਹਾਂ ਮੈਂ ਦੇਖਦੇ ਹਾਂ ਕਿ ਇਹ ਸਾਰੀ ਸੋਚ ਦੀ ਪ੍ਰੋਬਲਮ ਹੈਗੀ ਹੈ ਸਾਡੇ ਸਮਾਜ ਵਿੱਚ ਕੁਝ ਮੈਂ ਆਪ ਰੋਜ਼ ਦੇ ਮਰਦਾਂ ਦੀ ਲਾਈਫਸ ਦੇਖਦੇ ਹਾਂ ਕਿ ਕੁਝ ਵੀਡੀਓਜ਼ ਆਉਂਦੀਆਂ ਕੱਟੜ ਸੋਚ ਦੀ ਉਹਨਾਂ ਦੀ ਕੁੜੀਆਂ ਦੀ ਡਰੈਸਿੰਗ ਤੇ ਗੱਲ ਹੁੰਦੀ ਹੈ ਕਿ ਕੱਪੜੇ ਸਹੀ ਨਹੀਂ ਪਾਉਂਦੀਆਂ ਪ੍ਰੋਵੋਕਿੰਗ ਕੱਪੜੇ ਪਾਉਂਦੀਆਂ ਮੈਨੂੰ ਇਦਾਂ ਲੱਗਦਾ ਹੈ ਕਿ ਜਿੰਨੇ ਵੀ ਅਸਤਕ ਦੇ ਰੇਪ ਕੇਸਸ ਹੋਏ ਨੇ ਸਭ ਚ ਕੋਈ ਨਾ ਕੋਈ ਐਦਾਂ ਹੋਇਆ ਹੈ ਸਾੜੀ ਸੂਟ ਛੋਟੇ ਛੋਟੇ ਬੱਚੇ ਉਹਨਾਂ ਦਾ ਕੀ ਕਸੂਰ ਹੈ ਬੱਚਿਆਂ ਦਾ ਠੀਕ ਹੈ ਅਸੀਂ ਇਹ ਗੱਲ ਤਾਂ ਕਰਦੇ ਨਹੀਂ ਕਿ ਲੜਕੀ ਦਾ ਕਸੂਰ ਸੀਗਾ ਉਹਨਾਂ ਨੂੰ ਤਾਂ ਕੋਈ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰਦਾ ਸਭ ਬਲੇਮ ਪਾਉਂਦੇ ਆ ਜੀ ਕੁੜੀਆਂ ਦੀ ਗਲਤੀ ਸੀ ਕੁੜੀਆਂ ਦੀ ਗਲਤੀ ਸੀ ਮੈਨੂੰ ਅਜ ਤੱਕ ਕਦੇ ਅਜਾ ਕੇਸ ਸਾਹਮਣੇ ਨਹੀਂ ਆਇਆ ਜਿੱਥੇ ਹੋਵੇ ਕਿ ਹਾਂ ਕੁੜੀ ਦੀ ਗਲਤੀ ਸੀ ਕੋਈ ਕੁੜੀ ਇਹ ਨਹੀਂ ਚਾਹਦੀ ਮੈਨੂੰ ਆ ਕੇ ਕੋਈ ਰੇਪ ਕਰਕੇ ਜਾਵੇ ਠੀਕ ਹੈ ਲੋਕ ਕੰਸੈਂਟ ਦਾ ਮਤਲਬ ਨਹੀਂ ਸਮਝਦੇ ਹੈਗੇ ਫਿਰ ਉਹ ਕਹਿੰਦੇ ਆ ਜੀ ਕੁੜੀਆਂ ਦੇ ਕੱਪੜਿਆਂ ਤੇ ਕਮੈਂਟ ਆ ਜਾਂਦਾ ਤੇ ਉਸ ਤੋਂ ਬਾਅਦ ਸਾਡਾ ਮਾਹੌਲ ਇਦਾਂ ਸਾਡਾ ਸੁਸਾਇਟੀ ਇਦਾਂ ਕਿ ਅਗਰ ਕੋਈ ਅੱਛਾ ਕੋਈ ਵਿਕਟਮ ਇਦਾਂ ਦਾ ਆ ਵੀ ਗਿਆ ਸਾਹਮਣੇ ਤਾਂ ਉਸ ਨੂੰ ਸਪੋਰਟ ਹੀ ਨਹੀਂ ਕਰਦੇ ਉਹਨੂੰ ਕਹਿੰਦੇ ਉਹਨੂੰ ਅਸੀਂ ਗਲਤ ਨਜ਼ਰ ਨਾਲ ਦੇਖਦੇ ਆ ਉਹਨੂੰ ਅਸੀਂ ਉਹਦੀ ਜ਼ਿੰਦਗੀ ਦੁਬਾਰਾ ਸਟਾਰਟ ਕਰਨ ਜਗ੍ਹਾ ਅਸੀਂ ਉਹਦੀ ਹੋਰ ਜ਼ਿੰਦਗੀ ਬੱਤਰ ਬਣਾ ਦਿੰਦੇ ਮੈਂ ਤਾਂ ਹੀ ਦੇਖਿਆ ਹੈਗਾ ਅਸੀਂ ਯੂਨੀਵਰਸਿਟੀ ਮੈਨੂੰ ਚੰਡੀਗੜ੍ਹ ਪੜ੍ਹਦੇ ਨੂੰ ਆਲਮੋਸਟ 7 8 ਸਾਲ ਹੋ ਗਏ ਆ ਤੇ विद दिस टाइम चंडीगढ़ ਜਦ ਮੈਂ ਆਈ ਸੀ ਮੈਨੂੰ ਲੱਗਦਾ ਸੀ ਬਹੁਤ ਸੇਫ ਹੈ ਬਟ ਹੁਣ ਫਰੋਮ ਲਾਸਟ ਵਨ 1 ਐਂਡ ਹਾਫ ਇਅਰ ਮੈਂ ਦੇਖਿਆ ਕਿ ਚੰਡੀਗੜ੍ਹ ਮੈਨੂੰ ਵੀ ਕਈ ਵਾਰ ਸੇਫ ਨਹੀਂ ਲੱਗਦਾ ਮੈਨੂੰ ਐਦਾਂ ਲੱਗਦਾ 8 ਵਜੇ ਤੋਂ ਬਾਅਦ ਬਾਹਰ ਜਾਣਾ ਮੈਨੂੰ ਔਖਾ ਲੱਗਦਾ ਬਿਲਕੁਲ ਬਹੁਤ ਹੈਰਾਨੀ ਦੀ ਗੱਲ ਹੈ ਕਿ ਬਹੁਤ ਸਾਰੇ ਦਾਅਵੇ ਕਰਦੀਆਂ ਨੇ ਸਰਕਾਰਾਂ ਕਿ ਸੁਰੱਖਿਆ ਪੂਰੀ ਦਿੱਤੀ ਜਾਂਦੀ ਹੈ ਲੜਕੀਆਂ ਨੂੰ ਬਹੁਤ ਸਾਰੇ ਇਹ ਵੀ ਦਾਅਵੇ ਕੀਤੇ ਜਾਂਦੇ ਨੇ ਕਿ ਪ੍ਰਸ਼ਾਸਨ ਜਿਹੜਾ ਪੂਰੀ ਜ਼ਿੰਮੇਵਾਰੀ ਨਿਭਾ ਰਿਹਾ ਪਰ ਕਿੰਨੇ ਕਿਤੇ ਦੇਖਿਆ ਜਾਵੇ ਤੁਸੀਂ ਇਹਨਾਂ ਦੇ ਪਰਸਨਲ ਐਕਸਪੀਰੀਅੰਸ 'ਤੇ ਜਾਣੇ ਕਿ 8 ਵਜੇ ਤੋਂ ਬਾਅਦ ਜਿਹੜਾ ਚੰਡੀਗੜ੍ਹ ਅਸੀਂ ਐਡਵਾਂਸ ਸਿਟੀ ਕਹਿੰਦੇ ਆ ਜਿਹਨੂੰ ਪੂਰੀ ਦੇਸ਼ ਦੇ ਵਿੱਚ ਐਡਵਾਂਸ ਸਿਟੀ ਕਹਿੰਦੇ ਆ ਜਦੋਂ ਪੂਰੀ ਦੁਨੀਆ ਦੀ ਗੱਲ ਹੁੰਦੀ ਹੈ ਉਹਦੇ ਵਿੱਚ ਵੀ ਇੱਕ ਨਾਮ ਬੋਲਦਾ ਚੰਡੀਗੜ੍ਹ ਦਾ ਉੱਥੇ ਵੀ ਲੜਕੀਆਂ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰਦੀਆਂ ਇਹ ਸਪੈਸ਼ਲੀ ਅਗਰ ਮੈਂ ਚੰਡੀਗੜ੍ਹ ਦਾ ਕੰਪੈਰੀਜ਼ਨ ਕਿਸੇ ਹੋਰ ਕੀ ਸਰਵੇ ਰੰਦਾ ਸਾਡੀ ਯੂਨੀਵਰਸਿਟੀ ਵੀ ਜਿਹੜੀ ਪੀਸੀਆ ਰ ਘੁੰਮਦੀ ਨੰਦੀ ਹੈ ਗਿਆ ਸੈਕਟਰ ਹੁਣ ਜਿਵੇਂ ਸਾਡੇ ਲਈ ਨੇੜੇ ਸੈਕਟਰ 15 ਤਾਂ ਹੈ ਕੰਪੈਰੀਜ਼ਨ ਵਿੱਚ ਤਾਂ ਛੰਟੀਗੜ੍ਹ ਸੇਫ ਹੈ ਬਟ ਇੱਕ ਵਿਦ ਟਾਈਮ ਇੱਥੇ ਥੋੜਾ ਜਿਹਾ ਸੇਫਟੀ ਇਸ਼ੂ ਆ ਗਿਆ ਆਈ ਵੋਟ ਬਲੇਮ ਕਿ ਕਿ ਨਹੀਂ ਸੇਫ ਸੇਫ ਨਹੀਂ ਹੈਗਾ ਬਟ ਕਿਤੇ ਨਾ ਕਿਤੇ ਸਾਨੂੰ ਡਰ ਲੱਗਦਾ ਹੈ ਇਹ ਹੀ ਸਮੱਸਿਆ ਕਿਉਂਕਿ ਭਾਰਤ ਦੀ ਅਸੀਂ ਜੇ ਗੱਲ ਕਰਦੇ ਹਾਂ ਉਹ ਪਹਿਲਾਂ ਚੌਥੇ ਨੰਬਰ ਤੇ ਸੀਗਾ ਇਸ ਸੂਚੀ ਦੇ ਵਿੱਚ ਤੇ ਹੁਣ ਪਹਿਲੇ ਨੰਬਰ ਤੇ ਆ ਗਿਆ ਕਿ ਲੜਕੀਆਂ ਇੱਥੇ ਸੇਫ ਨਹੀਂ ਇਸੇ ਕਰਕੇ ਕਿਤੇ ਨਾ ਕਿਤੇ ਤੁਹਾਨੂੰ ਵੀ ਲੱਗ ਰਿਹਾ ਕਿ ਚੰਡੀਗੜ੍ਹ ਦੇ ਵਿੱਚ ਵੀ ਹਾਲਾਤ ਹੁਣ ਅੱਗੇ ਨਾਲੋਂ ਸਹੀ ਨਹੀਂ ਹੈਗੇ ਮੈਂ ਇੱਕ ਇਨਸੀਡੈਂਟ ਹੋਰ ਸ਼ੇਅਰ ਕਰਨਾ ਚਾਹਾਂਗੀ ਲਾਈਕ ਅੱਜ ਤੋਂ 5-6 ਸਾਲ ਪਹਿਲਾਂ ਦੀ ਗੱਲ ਹੈ ਮੈਂ ਇੱਕ ਪ੍ਰੋਗਰਾਮ ਜੁਆਇਨ ਕੀਤਾ ਸੀ ਉਹਦੇ ਵਿੱਚ ਫੋਰਨ ਸਟੂਡੈਂਟਸ ਆਏ ਸੀ ਕੁਝ ਰਸ਼ੀਆ ਤੋਂ ਸੀ ਕੁਝ ਚਾਈਨਾ ਤੋਂ ਸੀ ਤੇ ਕੁਝ ਲੰਡਨ ਤੋਂ ਸੀ ਤਾਂ ਮੈਂ ਇੱਕ ਚੀਜ਼ ਦੇਖੀ ਸੀ ਇੱਕ ਲੜਕੀ ਸਾਡੇ ਨਾਲ ਰਸ਼ੀਆ ਤੋਂ ਉਸ ਨੂੰ ਵੀ ਈਵ ਟੀਜ਼ਿੰਗ ਤੇ ਹਰਾਸਮੈਂਟ ਫੇਸ ਕਰਨੀ ਪਈ ਸੀ ਜਦੋਂ ਸਾਡੇ ਨਾਲ ਕਿਤੇ ਬਾਹਰ ਘੁੰਮਣ ਗਈ ਸੀ ਤੇ ਉਹਨਾਂ ਨੇ ਏਸੀ ਵੀ ਹਾਂ ਗੋਰੀ ਕੁੜੀ ਐ ਉਹ ਇਹਨੂੰ ਫੜਦੇ ਸੀ ਜਾ ਕੇ ਅਸੀਂ ਉਸ ਮੈਨੂੰ ਅੱਜ ਵੀ ਯਾਦ ਆਦੀ ਸਿਚੁਏਸ਼ਨ ਜਦੋਂ ਅਸੀਂ ਕਿਵੇਂ ਨਿਕਲੀ ਸੀ ਅਸੀਂ ਗਰੁੱਪ 'ਚ ਸੀ ਸ਼ਾਇਦ ਤਾਂ ਸੀ ਅਗਰ ਅਸੀਂ ਇਕੱਲੀ ਕੁੜੀਆਂ ਹੁੰਦੀਆਂ ਤਾਂ ਸ਼ਾਇਦ ਕੁਝ ਗਲਤ ਹੋ ਸਕਦਾ ਸੀ ਉਸ ਟਾਈਮ ਤਾਂ ਅਸੀਂ ਆਪਣੇ ਜਿਹੜੇ ਸਾਡੇ ਦੇਸ਼ 'ਚ ਬਾਹਰੋਂ ਟੂਰਿਸਟ ਆਉਂਦੇ ਸੀ ਉਹਨਾਂ ਨੂੰ ਵੀ ਵਕ ਨਹੀਂ ਬਖਸ਼ਦੇ ਹੈਗੇ ਇਹ ਮੇਰੀ ਆਪਣੀ ਲਾਈਫ ਦਾ ਰੀਅਲ ਐਕਸਪੀਰੀਅੰਸ ਹੈ ਤਾਂ ਕਈ ਵਾਰ ਸਾਨੂੰ ਸ਼ਰਮ ਨਾਲ ਝੁਕਣਾ ਪੈਂਦਾ ਆਈ ਥਿੰਕ ਇਟਸ ਹਾਈ ਟਾਈਮ ਕਿ ਸਾਨੂੰ ਲੋਕਾਂ ਨੂੰ ਆਪਣੀ ਸੋਚ ਬਦਲਣੀ ਚਾਹੀਦੀ ਹੈ ਅੱਗੇ ਵੱਧ ਕੇ ਸਪੋਰਟ ਕਰਨਾ ਚਾਹੀਦਾ ਜੋ ਵਿਕਟਮਸ ਹੈ ਤੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਜੋ ਇਸ ਕੰਮ ਨੂੰ ਗਲਤ ਜਾਮ ਦਿੰਦੇ ਆ ਕੀ ਨਾਮ ਤੁਸੀਂ ਤੁਹਾਡਾ ਪੂਜਾ ਪੂਜਾ ਤੁਸੀਂ ਕਿੱਦਾਂ ਦੇਖਦੇ ਹੋ ਲੜਕੀਆਂ ਸੇਫ ਨਹੀਂ ਭਾਰਤ ਦੇ ਵਿੱਚ सेफ़ तो नहीं कहूँगी बट हाँ अब जैसे अगर हम पर्टिकुलरली चंडीगढ़ की बात करें ठीक है यहाँ पे बेटर है बाकी सिटीज़ से यहाँ पे इन्वामेंट थोड़ा लड़कियों के लिए बट द थिंग इज़ कि अभी वो उतने लेवल पे नहीं पहुँचा कि हम ये बोले कि हाँ वे आर हंड्रेड परसेंट सेफ़ अब जैसे कुछ इनिशिएटिव्स हैं जैसे मैं चंडीगढ़ एडमिनिस्ट्रेटिव की अगर बात करूँ जैसे आफ्टर टेन ओ क्लाक अगर आप उनको कॉल करो तो वो आपको घर ड्रॉप करके आएंगे और वो एक्चुअल में मैंने खुद एक बार वो यूज़ की हुई है बट द थिंग इज़ कि अभी हमें ये जो इनिशिएटिव हैं इनको और दूर तक लेके जाना पड़ेगा ਬੱਦ ਅਗਰ ਓਵਰਆਲ ਇੰਡੀਆ ਕੀ ਇਹ ਜੋ ਰੈਂਕਿੰਗ ਅਪ ਨੂੰ ਆਪ ਬਤਾ ਰਹੇ ਹੋ ਕਿ ਹੋਇਆ ਐਸਾ ਮੈਨੇ ਵੀ ਪੜਹਾ ਹੈ ਤੋ ਉਹ ਬਿਲਕੁਲ ਸਹੀ ਹੈ ਕਿ ਇਤਨਾ ਸੇਫ ਨਹੀਂ ਰਹਾ ਠੀਕ ਹੈ ਜੇ ਅਸੀਂ ਗੱਲ ਕਰੀਏ ਹੁਣ ਪੰਜਾਬ ਦੇ ਵਿੱਚ ਤੁਸੀਂ ਜੇ ਅਸੀਂ ਬਾਕੀ ਸਟੇਟਸ ਦੀ ਗੱਲ ਕਰੀਏ ਤੁਹਾਡਾ ਕੋਈ ਪਰਸਨਲ ਐਕਸਪੀਰੀਅੰਸ ਹੈਗਾ ਬਾਕੀ ਸਟੇਟਸ ਦੇ ਨਾਲ ਤੇ ਇੱਥੇ ਤਾਂ ਹਾਂਜੀ ਅਬ ਜਿਵੇਂ ਚੰਡੀਗੜ੍ਹ ਮੈਂ ਆਪਕੋ ਕਹਿ ਰਹੀ ਹੂੰ ਕਿ ਬੈਟ ਮੱਚ ਬੈਟਰ ਹੈ ਅਦਰ ਸਟੇਟ ਸੇ ਹਰਿਆਣਾ ਮੈਂ ਖੁਦ ਆ ਬਿਲੋਂਗ ਟੂ ਹਰਿਆਣਾ ਠੀਕ ਹੈ ਤੋ ਮੈਂ ਆਪਣੀ ਨਾਨੀ ਦੇ ਘਰ ਸੇ ਆ ਰਹੀ ਥੀ ਤੋ ਬੱਸ ਮੈਂ ਹਰਿਆਣਾ ਰੂਟ ਵੀਜ਼ ਕੀ ਬੱਸ ਥੀ ਠੀਕ ਹੈ ਤੋ ਵਹਾਂ ਪੇ ਇੱਕ ਪਰਸਨ ਥਾ ਠੀਕ ਹੈ ਵਹੀ ਛੇੜਛਾੜ ਵਾਲਾ ਸੀਨ ਦੈਨ ਆਈ ਕਾਲਡ ਪੁਲਿਸ मैंने लोगों को बोला इनफैक्ट बस कंडक्टर को ही बोला कि ये पर्सन ठीक नहीं है ये बदतमीजी कर रहा है ये लोग क्या बोल रहे हैं कि एज बड़ी है मतलब आपसे एजड है ऐसा थोड़ी करेंगे गलती से हो गया होगा ये गलती मुझे एज अ गर्ल पता है कि गलती नहीं है आप कैसे कह सकते हो तो, नहीं कुछ नहीं बस मैं कोई साथ देने वाला नहीं था आई कॉल पुलिस ठीक है जब तक पुलिस आई पर्सन तो जा चुका था वहाँ से बट आई थिंक इज लोगों की मैंटेलिटी क्या कि आपकी गलती है आपको नहीं आपको नहीं पता चला कि उस पर्सन ने आपको हाथ उस वे में नहीं लगाया मुझे पता है मेरे साथ इंसिडेंट हुआ है मुझे पता है उसने कैसे हाथ लगाया क्या किया बट वही है लोग समझते हैं कि हाँ आपको गलती से हो गया होगा एज बड़ी है एज का कुछ फ़र्क नहीं अगर किसी पर्सन ने गलत काम करना है आपने खुद देखा होगा जुवेनाइल केसेस भी आते हैं लोगों के जो बच्चों के जो ऐसी चीज़ में इन्वॉल्व होते हैं ठीक है फिर एज पर्सन भी अस्सी साल का भी कर सकता है रेप ऐसा तो कुछ नहीं है कि उसके माइंड कुछ और है इट्स ऑल अबाउट कि वो किस तरह से आप लोग ले रहे हैं इस चीज़ को तो ਜਦੋਂ ਇਦਾਂ ਦੇ ਇਨਸੀਡੈਂਟ ਹੁੰਦੇ ਆ ਲੜਕੀਆਂ ਦਾ ਸਾਥ ਦੇਣ ਦੀ ਬਹੁਤ ਜ਼ਰੂਰਤ ਹੁੰਦੀ ਹੈ ਨਾ ਕਿ ਉਹਨਾਂ ਨੂੰ ਇਹ ਕਹਿੰਦੇ ਕਿ ਬਜ਼ੁਰਗ ਆ ਉਹ ਨਹੀਂ ਕੁਝ ਕਰੇਗਾ ਕੀ ਨਾਮ ਕੀ ਤੁਹਾਡਾ ਜਤਿੰਦਰਪ੍ਰੀਤ ਕੌਰ ਬਾਠ ਜਤਿੰਦਰ ਜੀ ਤੁਸੀਂ ਕਿੱਦਾਂ ਦੇਖਦੇ ਆ ਲੜਕੀਆਂ ਨਾਲ ਇਨਸੀਡੈਂਟ ਵਧ ਰਹੇ ਨੇ ਭਾਰਤ ਦਾ ਨਾਮ ਹੁਣ ਪਹਿਲੇ ਨੰਬਰ ਤੇ ਆ ਚੁੱਕਾ ਕਿ ਲੜਕੀਆਂ ਸੁਰੱਖਿਅਤ ਨਹੀਂ ਆ ਤੁਹਾਨੂੰ ਕਿ ਲੱਗਦਾ ਲੜਕੀਆਂ ਸੱਚੀ ਸੁਰੱਖਿਅਤ ਨਹੀਂ ਹੈ ਮੈਨੂੰ ਕੀ ਲੱਗਦਾ ਹੈ ਕਿ ਪਹਿਲਾਂ ਵੀ ਇਹ ਜਿਹੇ ਕੇਸਿਸ ਹੁੰਦੇ ਸੀਗੇ ਬਟ ਹੁਣ ਜਿਵੇਂ মিডিਆ ਦੇ ਵਿੱਚ ਗੱਲਾਂ ਆ ਜਾਂਦੀਆਂ ਨੇ ਗਿਆ ਇਹ ਚੋਂ ਪਤਾ ਲੱਗ ਜਾਂਦੀਆਂ ਗਿਆ ਪਹਿਲਾਂ ਤਾਂ ਨਹੀਂ ਪਤਾ ਲੱਗਦਾ ਸੀਗਾ ਕੁਝ ਵੀ ਹੋ ਜਾਂਦਾ ਸੀਗਾ মিডিਆ ਕਵਰੇਜ ਨਹੀਂ ਸੀਗੀ ਪਰ ਹੁਣ ਜਿਵੇਂ মিডিਆ ਦੀ ਕਵਰੇਜ ਵਧ ਰਹੀ ਹੈਗੀ ਤਾਂ ਇਹ ਗੱਲਾਂ ਆਪਾਂ ਨੂੰ ਪਤਾ ਲੱਗ ਰਹੀਆਂ ਨੇ ਆਬਵੀਅਸਲੀ ਕੁੜੀਆਂ ਸੇਫ ਨਹੀਂ ਆ ਡਰ ਲੱਗਦਾ ਬਾਹਰ ਨਿਕਲਣ ਲੱਗੇ ਵੈਸੇ ਵੀ ਰਾਤ ਨੂੰ ਮਤਲਬ 6 ਵਜੇ ਵਜੇ ਹਨੇਰਾ ਵੀ ਹੋ ਜਾਂਦਾਗਾ ਸਰਦੀਆਂ ਦੇ ਵਿੱਚ ਤਾਂ ਡਰ ਲੱਗਦਾਗਾ ਬਾਹਰ ਨਿਕਲਣ ਲੱਗੇ ਕੁੜੀਆਂ ਨੂੰ ਆਬਵੀਅਸਲੀ ਕੀ ਸੇਫ ਨਹੀਂ ਹੈ ਮੇਰਾ ਓਪੀਨੀਅਨ ਆਗਾ ਕਿਉਂਕਿ ਕੁਝ ਵੀ ਜੇ ਵੈਸੇ ਵੀ ਕੁੜੀਆਂ ਨੂੰ ਬਹੁਤ ਜਜ ਕੀਤਾ ਜਾਂਦਾਗਾ ਛੋਟੀਆਂ-ਛੋਟੀਆਂ ਚੀਜ਼ਾਂ ਦੇ ਉੱਤੇ ਤਾਂ ਆਪਾਂ ਨੂੰ ਮੈਂਟੈਲਿਟੀ ਥੋੜੀ ਜਿ ਆਪਣੀ ਚੇਂਜ ਕਰਨੀ ਪਊਗੀ ਮੁੰਡਿਆਂ ਨੂੰ ਐਕਚੁਅਲੀ ਇਹ ਪੇਰੈਂਟਸਾਂ ਵੀ ਹੁੰਦਾਗਾ ਪਹਿਲਾਂ ਆਪਣੇ ਮੁੰਡਿਆਂ ਨੂੰ ਸਮਝਾ ਕੇ ਰੱਖਣ ਕਿ ਕਿਸ ਤਰ੍ਹਾਂ ਦੂਸਰੀ ਕੁੜੀ ਨੂੰ ਦੇਖਣਾਗਾ ਜਾਂ ਫਿਰ ਕਿਵੇਂ ਉਹਦੇ ਨਾਲ ਆਪਾਂ ਨੇ ਬਿਹੇਵ ਕਰਨਾਗਾ ਤੋ ਕੀ ਤੁਹਾਡਾ ਹੋਣਾ ਚਾਹੀਦਾ ਬਿਹੇਵਿਅ ਜਿਹੜੇ ਸਭ ਕੁਝ ਆਪਾਂ ਨੂੰ ਮੈਨ ਲੱਗਦਾ ਇਹ ਕਾਲਜਿਸ ਦੇ ਵਿੱਚ ਸਕੂਲ ਸੇ ਵਿੱਚ ਇਹ ਆਪਾਂ ਨੂੰ ਥੋੜੀ ਜੀ ਮੋਰਲ ਆਪਣੀ ਥੋੜੀ ਜੀ ਐਜੂਕੇਸ਼ਨ ਵੀ ਹੋਣੀ ਚਾਹੀਦੀ ਹੈ ਕਿ ਤਾਂ ਕਿ ਆਪਾਂ ਨੂੰ ਪਤਾ ਲੱਗੇ ਵੀ ਇਹ ਸਭ ਚੀਜ਼ਾਂ ਕੀ ਨੇਗੀਆਂ ਸਾਡੇ ਕੋਈ ਪਰਸਨਲ ਐਕਸਪੀਰੀਅੰਸ ਦੀ ਗੱਲ ਕਰੀਏ ਜਾਂ ਇੱਥੇ ਪੰਜਾਬ ਦੀ ਜਾਂ ਹੋਰ ਸੂਬਿਆਂ ਦੇ ਵਿੱਚ ਗਏ ਹੋ ਤੁਸੀਂ ਤੁਹਾਨੂੰ ਕੋਈ ਇਦਾਂ ਦਾ ਇਨਸੀਡੈਂਟ ਯਾ ਨਹੀਂ ਐਕਚੁਅਲੀ ਮੇਰੇ ਨਾਲ ਇਸ ਤਰ੍ਹਾਂ ਕਿਤੇ ਹੋਇਆ ਨਹੀਂ ਮੇਰੀ ਫੈਮਿਲੀ ਦੇ ਵਿੱਚ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਕੁੜੀਆਂ ਸੇਫ ਨਹੀਂ ਆ ਤਾਂ ਮੈਨੂੰ ਜਿਆਦਾ ਬਾਹਰ ਨਿਕਲਣ ਨਹੀਂ ਦਿੰਦੇ ਹੈਗੇ ਮੇਰੇ ਬ੍ਰਦਰ ਮੇਰਾ ਮੇ ਫਾਦਰ ਬਹੁਤ ਜਿਆਦਾ ਪ੍ਰੋਟੈਕਟਿਵ ਨੇਗੇ ਜੇ ਮੈਂ ਆਪ ਦੇਖਿਆ ਮੇਰੇ ਬ੍ਰਦਰ ਨੂੰ ਉਹਨੂੰ ਆਬਵੀਅਸਲੀ ਮੁੰਡਿਆਂ ਨੂੰ ਪਤਾ ਹੁੰਦਾ ਉਹ ਮੈਨੂੰ ਗੱਡੀ ਤੋਂ ਨਿਕਲਣ ਲੱਗੇ ਮਨਾ ਕਰ ਦਿੰਦਾ ਸੀ ਕਿਤੇ ਵੀ ਤੂੰ ਨਹੀਂ ਜਾਣਾ ਮੈਂ ਜੋ ਚੀਜ਼ ਲੈਣੀ ਹੈ ਮੈਂ ਲੈ ਆਉਂਗਾ ਆਬਵੀਅਸਲੀ ਮ ਲੱਗਦਾ ਕਿ ਓਬਵੀਅਸਲੀ ਕੁੜੀਆਂ ਨਹੀਂ ਸੇਫ ਹੈਗੀਆਂ ਤਾਂ ਲੜਕੀਆਂ ਦੇ ਨਾਲ ਗੱਲ ਕਰਕੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦਾ ਪਰਸਨਲ ਐਕਸਪੀਰੀਅੰਸ ਕੀ ਹੈ ਕਿ ਉਹਨਾਂ ਦੇ ਮੁਤਾਬਕ ਸੱਚੀ ਭਾਰਤ ਦੇਸ਼ ਜਿਹੜਾ ਆ ਉਹ ਸੁਰੱਖਿਅਤ ਨਹੀਂ ਹੈ ਕੀ ਕਾਰਨ ਨੇ ਉਹ ਵੀ ਪੁੱਛਦੇ ਹਨ ਤੁਹਾਨੂੰ ਕੀ ਨਾਮ ਜੀ ਤੁਹਾਡਾ ਹਰਪ੍ਰੀਤ कौर ਹਰਪ੍ਰੀਤ ਜੀ ਤੁਸੀਂ ਕਿੱਦਾਂ ਦੇਖਦੇ ਹੋ ਸੱਚੀ ਭਾਰਤ ਜਿਹੜਾ ਆ ਤੁਹਾਡੇ ਮੁਤਾਬਕ ਸੁਰੱਖਿਅਤ ਦੇਸ਼ ਨਹੀਂ ਰਿਹਾ ਹੁਣ ਮੈਨੂੰ ਬਹੁਤ ਹੱਦ ਤੱਕ ਲੱਗਦਾ ਹੈ ਕਿ ਬੜੇ سارے ਇਨਸੀਡੈਂਟਸ ਜਿਸਵੇਂ ਦੇ ਹੋ ਕੇ ਸਾਹਮਣੇ ਆ ਰਹੇ ਹਨ ਪਰ ਔਰ ਉਹਨਾਂ ਤੇ ਬੜਾ ਕੋਈ ਸਟ੍ਰਿਕਟ ਇੱਕਦਮ ਫਾਸਟ ਐਕਸ਼ਨ ਵੀ ਨਹੀਂ ਲਿਆ ਜਾ ਰਿਹਾ ਤਾਂ ਇਹ ਸਿਰਫ ਸੁਰੱਖਿਅਤ ਨਹੀਂ ਰਿਹਾ ਤੁਹਾਡੀ ਗੱਲ ਬਿਲਕੁਲ ਠੀਕ ਹੈ ਔਰ ਜਿਵੇਂ ਹੁਣ ਐਕਸ਼ਨਸ ਨਹੀਂ ਲਏ ਜਾ ਰਹੇ ਤਾਂ ਜਿਵੇਂ ਮੈਨੂੰ ਲੱਗਦਾ ਕਿ ਬੜਾਵਾ ਦੇਣ ਦੀ ਤਰਫੂ ਹੈਗਾ ਹੈ ਕੀ ਕਾਰਨ ਕੀ ਸਮਝਦੇ ਹੋ ਵੀ ਜੇ ਅਸੀਂ ਭਾਰਤ ਦੀ ਗੱਲ ਕਰਦੇ ਤੇ ਕਿਉਂ ਅਜਿਹੇ ਕੇਸਿਸ ਲਗਾਤਾਰ ਵਧੇ ਜਾ ਰਹੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਮੈਨੂੰ ਲੱਗਦਾ ਸਾਡੀ ਪ੍ਰਾਇੋਰਟੀਜ਼ ਅਸੀਂ ਡਿਫਾਈਨ ਕੀਤੀਆਂ ਹੋਈਆਂ ਔਰ ਜਿਵੇਂ ਕਿ ਇੰਡੀਆ ਭਾਰਤ ਦੇ ਵਿੱਚ ਪੈਟਰੀਆਰਕੀ ਸਿਸਟਮ ਹੈਗਾ ਏ ਤੇ ਪੈਟਰੀਆਰਕੀ ਦੇ ਵਿੱਚ ਮੋਸਟਲੀ ਹਰ ਪਾਸੇ ਮੇਲ ਡੋਮੀਨੈਂਸ ਹੈਗੀ ਆ ਮੇਲ ਮੇਲ ਹੀ ਹਰ ਪਾਸੇ ਹੈਗੇ ਆ ਤੇ ਉਹ ਇੰਨੀ ਸੌਫਟ ਉਹਦੇ ਨਾਲ ਨਹੀਂ ਡਿਸੀਜਨਸ ਲੈ ਰਹੇ ਲੈਜਿਸਲੇਚਰ ਚ ਮੇਲ ਐ ਜੁਡੀਸ਼ਰੀ ਚ ਮੇਲ ਅੱਗੇ ਹੈਗੇ ਆ ਪੋਲਿਟਿਕਸ ਚ ਮੇਲ ਅੱਗੇ ਹੈਗੇ ਆ ਤੇ ਉਹਨਾਂ ਦੇ ਜਿਹੜੇ 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 ਸਾਡੇ ਉਹ ਬੰਦੇ ਲਾ ਬਣਾਉਣ ਵਾਲੇ ਹੈਗੇ ਆ ਉਹ بڑے 엘ିਟ ਕਲਾਸਿਸ ਤੋਂ ਹੈਗੇ ਉਹਨਾਂ ਦੀ ਫੈਮਲੀ ਸੇਫ ਹੈ ਜਿਆਦਾ ਜਿਹੜਾ ਹੈਗਾ ਕਰਾਊਡ ਹੈ ਉਹ ਸਾਡਾ ਬੀਪੀਐਲ ਹੈ ਤੇ ਉਹ ਸਫਰ ਕਰ ਰਿਹਾ ਉਹ ਲੋਗ ਬੜੇ ਸਾਰੇ ਇਸ਼ੂਸ ਤੇ ਬੜੀ ਈਜ਼ੀਲੀ ਲਾਅ ਬਣ ਗਿਆ ਰਾਤੋਂ ਰਾਤ ਲਾਅ ਬਣ ਜਾਂਦੇ ਆ ਜਿਵੇਂ ਹੁਣ ਸਾਡੇ ਆਹ ਕਾਫੀ ਤੁਸੀਂ ਦੇਖਿਆ ਅੱਜਕੱਲ੍ਹ ਕਰੰਟ ਪਰ ਇਸ ਚੀਜ਼ ਨੂੰ ਮੈਨੂੰ ਇਹ ਲੱਗਦਾ ਕਿ ਪਿਓਰਿਟੀ ਹੈ ਨਹੀਂ ਫੀਮੇਲ ਦੀ ਖਾਸ ਕਰਕੇ ਇਹ ਸੈਕਸ਼ੂਅਲ ਜਿਹੜੀ ਹਰਾਸਮੈਂਟ ਆ ਇਹਦੀ ਇਹਦੀ ਪਿਓਰਿਟੀ ਨਹੀਂ ਹੈਗੀ ਤੁਹਾਡੇ ਮੁਤਾਬਕ ਜਾਨੀ ਕਿ ਬਸ ਦਿਖਾਵਾ ਕੀਤਾ ਜਾਂਦਾ ਕਿ ਲੜਕੀਆਂ ਔਰਤਾਂ ਮਰਦਾਂ ਦੇ ਬਰਾਬਰ ਆ ਪਰ ਉਹਨਾਂ ਨੂੰ ਹੱਕ ਨਹੀਂ ਮਿਲਦੇ ਨਹੀਂ ਨਹੀਂ ਬਿਲਕੁਲ ਵੀ ਨਹੀਂ ਇਹਨਾਂ ਨੂੰ ਕਹਿਣ ਵਾਲੇ ਕੌਣ ਹੈ ਲੜਕੀਆਂ ਔਰਤਾਂ ਦੇ ਬਰਾਬਰ ਮਰਦਾਂ ਦੇ ਬਰਾਬਰ ਹੈ ਇਹ ਕਹਿਣ ਵਾਲੇ ਜਿਹੜੇ ਜਿੰਨੇ ਵੀ ਇੰਸਟੀਟਿਊਸ਼ਨਸ ਹੈਗੇ ਆ ਉਹ ਸਾਰੇ ਮੋਸਟਲੀ ਉਹਨਾਂ ਚ 70% 80% ਮੇਲਸ ਹੈ ਤੇ ਮੇਲ ਕਦੇ ਵੀ ਉਹਨੇ ਜੈਸਟ ਨਾਲ ਨਹੀਂ ਕਹਿ ਸਕਦਾ ਜਿੰਨੇ ਜੈਸਟ ਨਾਲ ਇੱਕ ਫੀਮੇਲ ਇੱਕ ਫੀਮੇਲ ਦਾ ਪੇਨ ਸਮਝੂਗੀ ਤੇ ਜੇ ਇੱਕ ਫੀਮੇਲ ਕਿਤੇ 100 ਦੇ ਕਰਾਊਡ ਦੇ ਵਿੱਚ ਜਾ ਕੇ ਸਕਸੈਸ ਹੋ ਵੀ ਜਾਂਦੀ ਹੈ ਕੋਈ ਪਲੇਸ ਲੈਣ ਦੇ ਤਾਂ ਆਈ ਕੈਨ ਟੈਲ ਯੂ ਬਿਕਾਜ਼ ਆਈ ਹੈਵ few very personal experiences in my family who's are on some officer rank holding some political positions oh lady enne buri tar fassi hundi enne compromises chheri hundi a oh gall nu agge nahi rakh pandi jo koi government hai koi leader acha select ho bhi janda par enne zyada tusi oh leke samarthan le leke sarkar bani hundi a oh apne jediyan gallan nu keh ke oh bande a ohna nu mere nahi rakh paunde ਤੇ ਇਹ ਸਾਰੇ ਮੈਂ ਮੇਰਾ ਕਿਤੇ ਨਾ ਕਿਤੇ ਫੇਰ ਆਂਦਾ ਕਿ ਇਹ ਚੀਜ਼ਾਂ ਕੋਈ ਓਵਰਨਾਈਟ ਖਤਮ ਕੀਤੀਆਂ ਜਾ ਸਕਦੀਆਂ ਬੜੀ इजीली ਖਤਮ ਕੀਤੀਆਂ ਜਾ ਸਕਦੀਆਂ ਕੋਈ 8 ਸਾਲ ਦੇ ਬੱਚੇ ਨਾਲ ਕਰਦਾ ਉਸ ਬੰਦੇ ਨੂੰ ਦੂਜੀਆਂ ਕੰਟਰੀਜ਼ ਦੀ ਤਰ੍ਹਾਂ ਸਭ ਦੇ ਸਾਹਮਣੇ ਲਿਆ ਕੇ ਕਰੋ ਆਹਾ ਨਿਰਭਿਆ ਦਾ ਕੇਸ ਹੋਇਆ ਉਹ ਜੁਵਨਾਈਲ ਨੂੰ ਕਿਉਂ ਛੱਡਿਆ ਗਿਆ ਹੀ ਵਾਸ ਕੌਨਸ਼ੀਅਸ ਉਹਨੂੰ ਸਮਝ ਸੀਗੀ ਤਾਂ ਕੁਝ ਹੋਰ ਟੈਸਟ ਹੋਣੇ ਚਾਹੀਦੇ ਆ ਵੀ ਉਹਨੂੰ ਛੱਡਿਆ ਗਿਆ ਕਿ ਉਹ ਜੁਵਨਾਈਲ ਹੈ ਤੇ ਉਹਦੀ ਸਜ਼ਾ ਘੱਟ ਹੋਵੇ ਬਟ ਉਹਦੇ ਕੁਝ ਹੋਰ ਸਾਈਕੋਲੋਜੀ ਟੈਸਟ ਵਗੈਰਾ ਕਰੋ ਕਿ ਜੇ ਉਹ ਸਾਰਾ ਤਰ੍ਹਾਂ ਦੇ ਸੋਚਣ ਸਮਝਣ ਦੇ ਲਾਈਕ ਸੀ ਉਹਨੂੰ ਬਰਾਬਰ ਦੀ ਪਨਿਸ਼ਮੈਂਟ ਦੇਣੀ ਚਾਹੀਦੀ ਸੀ ਵੀ ਕੁਝ ਸਾਨੂੰ ਜ਼ਿਆਦਾ ਟਿਪੀਕਲ ਉਹ ਕਨਵੈਨਸ਼ਨ ਬੇਸਡ ਨਹੀਂ ਹੋਣਾ ਚਾਹੀਦਾ ਕੁਝ ਲਿਆਉਣ ਦੀ ਲੋੜ ਹੈਗੀ ਸਾਨੂੰ ਇਸ ਸਰਕਾਰ ਤੋਂ ਬਹੁਤ ਜ਼ਿਆਦਾ ਉਮੀਦ ਸੀਗੀ ਜਿਵੇਂ ਇਹ ਸਰਕਾਰ ਬੜਾ ਲੇਡੀਜ਼ ਦੇ ਅਜੰਡਾਸ ਲੈ ਕੇ ਪਾਵਰ ਚ ਆਈ ਆ ਪਰ ਉਹ ਚੀਜ਼ਾਂ ਨਹੀਂ ਹੋ ਪਾਰੀਆਂ ਹੋਰ ਪਾਸੇ ਧਿਆਨ ਆ ਇੱਕ ਲੌਲੀਪੌਪ ਜਾ ਦੇ ਦਿੱਤਾ ਜਾਂਦਾ ਨਿੱਕਾ ਜਾ 10 15 20 ਦਿਨ ਬਾਅਦ ਜਦੋਂ ਜਨਤਾ ਭੜਕਦੀ ਹੈ ਪਰ ਉਸ ਤਰੀਕੇ ਨਾਲ ਕੰਮ ਨਹੀਂ ਹੋ ਰਿਹਾ ਔਰ ਸਰ ਡਿਸੀਜਨਸ ਲਏ ਜਾ ਰਿਹਾ ਓਵਰਨਾਈਟ ਵਿਥਿਨ ਮਿੰਟਸ ਡਿਸੀਜਨ ਲਏ ਜਾ ਰਿਹਾ ਇਹ ਨਹੀਂ ਹੈਗਾ ਕਿ ਡਿਸੀਜਨ ਨਹੀਂ ਲਏ ਜਾ ਸਕਦੇ ਔਰ ਤੁਹਾਨੂੰ ਵੀ ਪਤਾ ਹੈ ਕਿ ਸਾਰੀ ਜਨਤਾ ਦੀ ਜੇ ਪਾਲਸਪੋਰਟ ਹੋਵੇ ਰੀਅਲ ਰਿਐਲਿਟੀ ਚ ਐਕਚੁਅਲ ਹੋਵੇ ਤਾਂ ਬੜੇ ਅੱਛੇ ਫੈਕਟਸ ਸਾਹਮਣੇ ਆਣਗੇ ਸਭ ਹੀ ਜਾਣਗੇ ਕਿ ਵੀ ਰੇਪਿਸਟ ਨੂੰ ਫਾਂਸੀ ਦੀ ਸਜ਼ਾ ਹੋਵੇ ਜਿਹੜਾ ਉਹਦੇ ਨਾਲ ਕਰਦਾ ਮਾਈਨਰ ਦੇ ਨਾਲ ਕਰਦਾ ਉਹਨੂੰ ਸਾਰੀ ਦੁਨੀਆ ਤੇ ਮੈਨੂੰ ਇਵਨ ਆਈ ਵੁਡ ਲਾਈਕ ਟੂ ਐਡ ਕਿ ਜਿਹੜਾ ਮਾਈਨਰ ਦੇ ਨਾਲ ਕਰਦਾ ਉਹ ਮਾਈਨਰ ਹੀ ਉਹਨੂੰ ਸ਼ੂਟ ਕਰੇ ਤਾਂ ਕਿ ਉਹ ਮਾਈਨਰ ਵੀ ਫੀਲ ਕਰੇ ਵੀ ਹਾਂ ਜੇ ਮੈਨੂੰ ਇਹ ਸੰਕਲ ਨੇ ਆਂਟੀ ਨੇ ਜਾਂ ਇਹਨਾਂ ਨੇ ਮੈਨੂੰ ਇਦਾਂ ਕੀਤਾ ਸੀ ਉਹ ਫੀਲ ਫ੍ਰੀ ਕਰੇ ਕਿਉਂਕਿ ਜਦੋਂ ਇਹ ਰੇਪ ਨੂੰ ਇੰਨਾ ਵੱਡਾ ਬਣਾ ਦਿੱਤਾ ਗਿਆ ਡੂ ਟੂ ਸਾਡੀ ਇਲੈਕਟ੍ਰੋਨਿਕ মিডিਆ ਜੋ ਜਿਨੇ ਬੜਾ ਅੱਛਾ ਰੋਲ ਪਲੇ ਕੀਤਾ ਲੇਡੀ ਨੂੰ ਡੋਮੀਨੇਟ ਕਰਨੇ ਚ ਲੇਡੀ ਦੀ ਸਾਰੀ ਲੇਡੀਜ਼ ਦੀ ਪਾਵਰ ਨੂੰ ਮੇਲ ਦੇ ਹੱਥਾਂ 'ਚ ਦੇਣ ਨੂੰ ਲੇਡੀ ਨੂੰ ਇਹ ਦਿਖਾਉਣ ਚ ਕਿ ਸ਼ੀ ਇਜ਼ ਜਸਟ ਲਾਈਕ ਪਪੇਟ ਐਂਡ ਇੱਕ ਜਿਹੜਾ ਮੇਲ ਹੈ ਉਹੀ ਇਹਦਾ ਰੱਖਾ ਹੈ ਥਿਸ ਇਜ਼ ਰੀਲੀ ਵੈਰੀ ਨੌਨਸੈਂਸ ਥਿੰਗ ਫਾਰ ਆਰ মিডিਆ ਆ ਜਿਹੜੇ ਮੈਂ ਸੀਰੀਅਸਲੀ ਕਹਿੰਦੀ ਹਾਂ ਕਿ ਇਹ ਸ ਜਿਹੜੇ ਬਾਲੀਵੁੱਡ ਦੇ ਸਾਡੇ ਡਾਇਰੈਕਟਰ ਵਗੈਰਾ ਹੈਗੇ ਆ ਉਹ ਬੜੇ ਇੰਨੇ ਅੱਛੇ 엘ੀਟ ਕਲਾਸਿਸ ਤੋਂ ਇੰਨੇ ਐਜੂਕੇਟਿਡ ਹੈ ਫਿਲਮਾਂ ਬਣਾਉਣਗੇ ਉਹਦੇ ਵਿੱਚ ਹਰ ਇੱਕ ਅੱਧੇ ਘੰਟੇ ਦੇ ਵਿੱਚ ਐਵੇਂ ਦਾ ਸੀਨ ਆਊਗਾ ਜਿਹਦੇ ਵਿੱਚ ਲੇਡੀ ਨੂੰ ਲਾਚਾਰ ਦਿਖਾਉਂਦੇ ਆਦਮੀ ਦੇ ਸਾਹਮਣੇ ਬਿਲਕੁਲ ਇਹ ਅਸੀਂ ਜਿੰਨੀ ਵੀ ਗੱਲ ਕਰਦੇ ਹਾਂ ਹਰੇਕ ਵਾਰੀ ਭਵੇਂ ਆਪਾਂ ਗੱਲਾਂ ਕਰਦੇ ਹਾਂ ਕਿ ਲੜਕੇ ਤੇ ਲੜਕੀਆਂ ਬਰਾਬਰ ਨੇ ਪਰ ਫੇਰ ਵੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਲੜਕੀਆਂ ਨੂੰ ਹੀਠਾਂ ਦਿਖਾਇਆ ਜਾਂਦਾ ਤੇ ਅੱਜ ਵੀ ਇਹੀ ਸਮਝਿਆ ਜਾਂਦਾ ਕਿ ਲੜਕੀਆਂ ਲੜਕੀਆਂ ਦੇ ਪੈਰ ਦੀ ਜੁੱਤੀ ਨੇ ਜੁੱਤੀ ਨੇ ਬੜੀ ਹੈਰਾਨੀ ਹੁੰਦੀ ਹੈ ਇਸ ਗੱਲ ਤੇ ਕੀ ਨਾਮ ਜੀ ਤੁਹਾਡਾ ਮਾਈ ਨੇਮ ਇਜ਼ ਖੁਸ਼ਬੂ ਮੈਮ ਤੁਸੀਂ ਕਿਤਾ ਸਮਝਦੇ ਆ ਕਿ ਤੁਹਾਡੇ ਮੁਤਾਬਕ ਲੜਕੀਆਂ ਦੇ ਜਿਹੜੇ ਹਰਾਸਮੈਂਟ ਦੇ ਕੇਸ ਆ ਲਗਾਤਾਰ ਵਧਦੇ ਜਾ ਰਹੇ ਨੇ ਭਾਰਤ ਨੂੰ ਹੁਣ ਇਹ ਕਹਿ ਦਿੱਤਾ ਗਿਆ ਕਿ ਮੋਸਟ ਡੇਂਜਰਸ ਕੰਟਰੀ ਆ ਫॉर ਗਰਲਸ ਤੁਸੀਂ ਕਿੱਦਾਂ ਦੇਖਦੇ ਸੀ ਮੇਰੇ ਅਕੋਰਡਿੰਗ ਇਹ ਬਿਲਕੁਲ ਸੱਚ ਹੈ ਅਗਰ ਹਮ ਬਾਤ ਕਰੇ ਠੀਕ ਹੈ ਹਮਾਰੇ ਪਾਸ ਬਹੁਤ ਫੈਸਿਲਿਟੀਆਂ ਆ ਹਮ ਪ੍ਰਿਵੀਲੇਜ ਲੋਗ ਹੈ ਫਿਰ ਵੀ जो रूरल एरियाज़ की लेडीज़ हैं या जो बिल्कुल जिनमें स्पीच नहीं है जो बोल नहीं सकती जो अपनी बात नहीं कर सकती वो तो उनको तो कुछ पता भी नहीं है अगर हमें भी पूरे हक़ नहीं है तो उनको कितने हक होंगे पहली बात तो और दूसरी बात है कि जब हक़ नहीं होते तो वायलेंस उतनी ज़्यादा आएगी हिंसा उतनी ज़्यादा आएगी जितनी हिंसा यहाँ पे है इंडिया में हाँ मैं ये बिलीव करती हूँ कि अगर हम जैसे कि सर्वे में आया है कि अफ़गानिस्तान और इराक बहुत ਹਮਸੇ ਵੀ ਪਿੱਛੇ ਹੈ ਪਰ ਮੇਨ ਕੋ ਇਹ ਲੱਗਦਾ ਹੈ ਕਿ ਇਹ ਪੋਸਿਬਿਲਟੀ ਨਹੀਂ ਹੈ ਕਿਉਂਕਿ ਹਮਾਰਾ ਕਲਚਰ ਉਤਨਾ ਬਾਇਸ ਨਹੀਂ ਹੈ ਜੋ ਮੂਝੇ ਇੱਕ ਪਰਸਨਲ ਫਰੰਟ ਪੇ ਲੱਗਤਾ ਹੈ ਹਾਂ ਮਗਰ ਅਗਰ ਹਮ ਬਾਤ ਕਰੇ ਇੱਕ ਪਰਸਨਲ ਸੇਫਟੀ ਕੇ ਫਰੰਟ ਪੇ ਤੋ ਮੂਝੇ ਨਹੀਂ ਲੱਗਤਾ ਕੋਈ ਵੀ ਲੜਕੀ ਸੇ ਸੇਫਰ ਹੈ ਈਵਨ ਇਫ ਸ਼ੀ ਇਸ ਲਿਵਿੰਗ ਇਨ ਅ ਮੈਟਰੋਪੋਲੀਟਨ ਸਿਟੀ ਔਰ ਇਫ ਸ਼ੀ ਇਸ ਲਿਵਿੰਗ ਇਨ ਅ ਰੂਰਲ ਏਰੀਆ ਮੈਂ ਇਹੀ ਗੱਲ ਕਰਨ ਲੱਗਾ ਸੀਗਾ ਜੇ ਤੁਹਾਡੇ ਕੋਈ ਪਰਸਨਲ ਐਕਸਪੀਰੀਅੰਸ ਜੇ ਤੁਸੀਂ ਬਾਕੀ ਸਟੇਟਸ ਦੇ ਵਿੱਚ ਘੁੰਮੇ ਹੋ ਤੇ ਪੰਜਾਬ ਦੇ ਵਿੱਚ ਵਿੱਚ ਰਹੇ ਹੋ ਤੁਹਾਨੂੰ ਕੀ ਡਿਫਰੈਂਸ ਲੱਗਦਾ ਹੈ Uh, मेरे को लगता है देखो पंजाब में एक वही पुरानी सोच है वही गानों में हर चीज़ में लैंग्वेज में एक सोच है यहाँ जो प्रिवेल करती है कि यहाँ लड़की ऐसी होनी चाहिए लड़के ऐसे होने चाहिए वही पुरानी सोच वही सब चीज़ें चलती आ रही हैं कब से अगर हम बाकी स्टेट्स में जाएं या तो उनकी सोच आगे बढ़ गई है मे बी एजुकेशन तो यहाँ भी है पर वो आगे जा रहे हैं अगर हम केरला में चले जाएं या हम साउथ की तरफ़ जाएं बॉम्बे की तरफ हमें आम है कि टू ओ क्लाक थ्री ओ क्लाक लड़कियाँ घूम रही हैं बट यहाँ नहीं है नॉर्मल ना किसी को होता है कि हाँ इनको होना चाहिए इस टाइम रात को अगर हम पंजाब में ही देखें तो कितने केसेज हो रहे हैं ठीक है ना यहाँ पर बाहर अगर हम किसी और स्टेट से करें दिल्ली ही है दिल्ली यहाँ से कितना दूर है ਪਰ ਵਹਾਂ ਪੇ ਵੀ ਫਿਰ ਵੀ ਫਰੀडम ਹੈ ਪੰਜਾਬ ਮੇ ਫਰੀडम ਹੀ ਨਹੀਂ ਹੈ ਕਿਉਂਕਿ ਲੋਗੋ ਕੀ ਸੋਚ ਐਸੀ ਹੈ ਨੌਜਵਾਨਾਂ ਦੇ ਵਿੱਚ ਵਿਚਰ ਰਹੇ ਆ ਤੇ ਉਹਨਾਂ ਤੋਂ ਇਹ ਪੁੱਛ ਰਹੇ ਆ ਕਿ ਕੀ ਸੱਚੀ ਲੜਕੀਆਂ ਦੇ ਲਈ ਜਿਹੜਾ ਭਾਰਤ ਆ ਉਹ ਹੁਣ ਸੁਰੱਖਿਅਤ ਨਹੀਂ ਰਿਹਾ ਕੀ ਨਾਮ ਚ ਤੁਹਾਡਾ ਸਰਗੁਣ ਸਰਗੁਣ ਕਿਦਾਂ ਦੇਖਦੇ ਹੋ ਕਿ ਸੱਚੀ ਲੜਕੀਆਂ ਦੇ ਲਈ ਹੁਣ ਭਾਰਤ ਜਿਹੜੀ ਕੰਟਰੀ ਆ ਜਿਹੜਾ ਦੇਸ਼ ਆ ਉਹ ਸੁਰੱਖਿਅਤ ਨਹੀਂ ਰਿਹਾ ਤੁਹਾਡੇ ਅਨੁਸਾਰ ਇਹ ਐਕਚੁਅਲੀ ਜਿੱਥੇ ਅਸੀਂ ਰਹਿ ਰਹੇ ਆ ਵੀ ਆ ਵਰਰੀ ਬlesਟ ਇੱਥੇ ਇਦਾਂ ਦੇ ਘਟਨਾਵਾਂ ਬਹੁਤ ਘੱਟ ਵੇਖਣ ਨੂੰ ਮਿਲਦੀਆਂ ਬਟ ਵੈਨ ਵੀ ਗੋ ਆਊਟਸਾਈਡ ਪੰਜਾਬ ਔਰ ਆਊਟਸਾਈਡ ਚੰਡੀਗੜ੍ਹ ਤੇ ਕੁੜੀਆਂ ਆ ਰੀਲੀ ਨਾਟ ਸੇ ਦਟ ਸੇਫ ਮਤਲਬ ਕਿ ਤੁਸੀਂ ਰੀਸੈਂਟਲੀ ਮੈਂ ਦਿੱਲੀ ਹੋ ਕੇ ਆਈ ਸੀ ਐਂਡ ਜਸਟ ਬਿਕੋਜ਼ ਕਿ ਮੈਂ ਕਿਸੇ ਨੂੰ ਕੁਝ ਦੇਣ ਤੋਂ ਪੈਸੇ ਦੇਣ ਤੋਂ ਮਨਾਂ ਕੀਤਾ ਐਂਡ that guy literally ਕੁਝ ਬਹੁਤ ਜ਼ਿਆਦਾ ਬੁਰੇ ਵਰਡਸ ਯੂਜ਼ ਕੀਤੇ ਦਾਰ 2 4 15 ਮਿੰਟਸ ਜਸਟ ਬਿਕੋਜ਼ ਕਿ ਮੈਂ ਨੂੰ ਕਿਹਾ ਕਿ ਮੈਂ ਤੈਨੂੰ ਪੈਸੇ ਨਹੀਂ ਦੇਣੇ ਐਂਡ ਯੈਸ ਪੰਜਾਬ ਵਾਲ ਆਈ ਵੁੱਡ ਸੇ ਕਿ ਲੈਸ ਸਾ ਬਟ ਬਾਕੀ ਕੰਪੈਰੀਟਿਵਲੀ ਇਟਸ ਨਾਟ ਦੈਟ ਜੇ ਅਸੀਂ ਗੱਲ ਕਰੀਏ ਤੁਹਾਨੂੰ ਕੀ ਕਾਰਨ ਲੱਗਦਾ ਕਿ ਕਿਉਂ ਲੜਕੀਆਂ ਦੇ ਵਿਰੁੱਧ ਜਿਹੜੇ ਇਦਾਂ ਦੇ ਮਾਮਲੇ ਨੇ ਜਾਂ ਉਹਨਾਂ ਦੀ ਟ੍ਰੈਫਿਕਿੰਗ ਹੋ ਗਈ ਜਾਂ ਉਹਨਾਂ ਦੇ ਨਾਲ ਬਲੈਤਕਾਰ ਹੋ ਗਏ ਜਾਂ ਹੋਰ ਉਹਨਾਂ ਤੇ ਅਤਿਆਚਾਰ ਕਰਨ ਦੀਆਂ ਘਟਨਾਵਾਂ ਲਗਾਤਾਰ ਵਾਧ ਕਿਉਂ ਰਹੀਆਂ ਤੁਹਾਡੇ ਮਤਵਾਬ ਬਿਕੋਜ਼ ਨੈਗੇਟਿਵ ਪਬਲਿਸਿਟੀ ਆਈ ਊਡ ਬੇਸਿਕਲੀ ਸੇ ਕਿ ਹੁਣ ਜਦ ਰੇਪ ਹੁੰਦਾ ਹੈ ਜਾਂ ਟ੍ਰੈਫਿਕਿੰਗ ਹੁੰਦੀ ਹੈ ਉਹਨਾਂ ਚੀਜ਼ਾਂ ਨੂੰ ਮੀਡੀਆ ਬਹੁਤ ਜ਼ਿਆਦਾ ਹਾਈਲਾਈਟ ਕਰਦਾ ਹੈ ਐਂਡ ਆਪਣੇ ਘਰ ਦੇ ਵੀ ਉਹਨਾਂ ਚੀਜ਼ਾਂ ਤੇ ਬਹੁਤ ਸਟ्रेस ਕਰਦੇ ਕਿ ਹਾਂ ਇਦਾਂ ਹੋ ਗਿਆ ਹੁਣ ਜਦ ਇੱਕ ਮੁੰਡੇ ਨੇ ਇੱਕ ਕੁੜੀ ਨੂੰ ਸੇਫਲੀ ਕਰ ਛੱਡਿਆ ਹਨਾ ਕਿਸੇ ਨੇ ਟ੍ਰੈਫਿਕਿੰਗ ਖੋਣ ਤੋਂ ਰੋਕਿਆ ਇਦਾਂ ਦੇ ਕੇਸਿਸ ਨੂੰ ਹਾਈਲਾਈਟ ਘੱਟ ਕੀਤਾ ਜਾਂਦਾ ਹੈ ਜਿੰਨੀ ਤੁਸੀਂ ਪੋਜ਼ਿਟਿਵਿਟੀ ਨੂੰ ਹਾਈਲਾਈਟ ਕਰੋਗੇ ਓਨੀ ਜ਼ਿਆਦਾ ਉਹ ਸਪਰੈਡ ਹੋਊਗੀ ਸੋ ਆਈ ਫਾਈਂਡ ਕਿ ਦਿਸ ਇਜ਼ ਆਲਸੋ ਦਿਸ ਇਜ਼ ਵਨ ਆਫ ਦਾ ਮੇਜਰ ਰੀਜਨਸ ਕਿ ਸਾਨੂੰ ਇਦਾਂ ਦੇ ਕੇਸਿਸ ਦੇ ਵਿੱਚ ਵਾਧਾ ਹੁੰਦਾ ਦਿਖ ਰਿਹਾ ਹੈ ਤੁਹਾਨੂੰ ਕੀ ਲੱਗਦਾ ਵੀ ਕਿੱਦਾਂ ਲੜਕੀਆਂ ਸੇਫ ਮਹਿਸੂਸ ਕਰ ਸਕਦੀਆਂ ਨੇ ਕੀ ਕੀ ਕਰਨਾ ਚਾਹੀਦਾ ਪ੍ਰਸ਼ਾਸਨ ਨੂੰ ਕੀ ਕਰਨਾ ਚਾਹੀਦਾ ਸਰਕਾਰ ਨੂੰ ਕੀ ਕਰਨਾ ਚਾਹੀਦਾ ਤਾਂ ਜੋ ਲੜਕੀਆਂ ਦੇ ਵਿਰੁੱਧ ਜਿਹੜੀਆਂ ਇਦਾਂ ਦੀਆਂ ਘਟਨਾਵਾਂ ਵੱਧ ਰਹੀਆਂ ਉਹਨਾਂ ਨੂੰ ਕਿਤਨਾ ਕਿਤੇ ਠੱਲ ਪਾਈ ਜਾ ਸਕਦੀ ਬੇਸਿਕਲੀ ਇਹਦੇ ਵਿੱਚ ਨਾ ਕੱਲੀ ਗਵਰਨਮੈਂਟ ਕੁਝ ਕਰ ਸਕਦੀ ਹੈ ਨਾ ਕੱਲੇ ਲੋਕ ਕੁਝ ਕਰ ਸਕਦੇ ਆ ਇੱਕ ਆਪਣੀ ਲਾਜ਼ ਵੀ ਲॉਜ਼ ਬਹੁਤ ਵਧੀਆ ਨੇ ਬਟ ਲॉज ਦੀ ਇੰਪਲੀਮੈਂਟੇਸ਼ਨ ਵੀ ਓਨੀ ਵਧੀਆ ਹੋਣੀ ਚਾਹੀਦੀ ਆ ਐਂਡ ਸੋਸਾਇਟੀ ਨੂੰ ਆਪਣੀ ਮੈਂਟੈਲਿਟੀ ਥੋੜੀ ਚੇਂਜ ਕਰਨੀ ਚਾਹੀਦੀ ਆ ਕਿ ਅਗਰ ਕੁੜੀ ਰਾਤ ਨੂੰ ਬਾਹਰ ਜਾਂਦੀ ਆ ਉਹ ਜੌਬ ਕਰ ਸਕਦੀ ਆ ਜਿਸ ਕਰਕੇ ਉਹ ਬਾਹਰ ਜਾਂਦੀ ਆ ਤੇ ਇਹਦੇ ਵਿੱਚ ਕੋਈ ਬੂਰਾ ਬੁਰੀ ਗੱਲ ਨਹੀਂ ਆ ਅਗਰ ਮੁੰਡਾ ਵੀ ਜਾ ਸਕਦਾ ਏ ਕੁੜੀ ਰਾਤ ਨੂੰ ਕਿਉਂ ਬਾਹਰ ਨਹੀਂ ਜਾ ਸਕਦੀ ਐਂਡ ਕੁੜੀ ਲਈ ਵੀ ਓਨਾ ਹੀ ਸੇਫ ਹੋਣਾ ਚਾਹੀਦਾ ਜਿੰਨਾ ਮੁੰਡੇ ਲਈ ਸੇਫ ਹੋਣਾ ਚਾਹੀਦਾ ਇਟਸ ਕੁੜੀ ਦੀ ਗਲਤੀ ਨਹੀਂ ਆ ਕਿਉਂ ਰਾਤ ਨੂੰ ਬਾਹਰ ਨਿਕਲਦੀ ਆ ਇਹ ਕਿਤੇ ਸੋਚ ਬਦਲਣ ਦੀ ਵੀ ਲੋੜ ਆ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਸੋਚ ਜੇ ਲੜਕੀਆਂ ਦੀ ਉਹ ਰੱਖੀ ਜਾਂਦੀ ਹੈ ਤਾਂ ਮੁੰਡਿਆਂ ਲਈ ਲੜਕੀਆਂ ਲਈ ਵੀ ਹੋਣੀ ਚਾਹੀਦੀ ਹੈ ਕੀ ਨਾਮ ਚ ਤੁਹਾਡਾ ਅਮੋਲਦੀਪ ਸਿੰਘ ਅਮੋਲ ਤੁਸੀਂ ਕਿੱਦਾਂ ਦੇਖਦੇ ਹੋ ਸੱਚੀ ਭਾਰਤ ਜਿਹੜੀ ਕੰਟਰੀ ਆ ਦੇਸ਼ ਆ ਇਹ ਲੜਕੀਆਂ ਲਈ ਸੁਰੱਖਿਆਤ ਨਹੀਂ ਰਿਹਾ ਹੁਣ ਜਿੱਥੋਂ ਤੱਕ ਮੇਰਾ ਖਿਆਲ ਹੈ ਜਿਸ ਜਗ੍ਹਾ ਤੇ ਅਸੀਂ ਰਹਿ ਰਹੇ ਹਾਂ ਉਹ ਇਹਨਾਂ ਨੇ ਜਿਵੇਂ ਕਿਹਾ ਕਿ ਇੱਥੇ ਇਦਾਂ ਦਾ ਕੁਝ ਅਸੀਂ ਨਹੀਂ ਦੇਖਦੇ ਬਟ ਜਿਵੇਂ ਨਿਊਜ਼ ਚ ਦੇਖਦੇ ਆ ਤੇ ਹੋਰ ਸੁਣਨ ਨੂੰ ਮਿਲਦਾ ਕਿ ਆਪਾਂ ਆਊਟਸਾਈਡ ਦਿੱਲੀ ਤੋਂ نیچے ਦਿੱਲੀ ਜਾਂ ਦਿੱਲੀ ਤੋਂ نیچے ਜਾਈਏ ਉੱਥੇ ਇਦਾਂ ਦਾ ਬਹੁਤ ਕੁਝ ਹੁੰਦਾ ਸੋ ਹਾਂ ਭਾਰਤ ਸੱਚੀ ਸੇਫ ਨਹੀਂ ਰਿਹਾ ਇਸ ਸਰਵੇਖਣ ਹੋਇਆ ਸਰਵੇਖਣ ਦੇ ਮੁਤਾਬਕ ਜਿਹੜੀ ਇਰਾਕ ਕੰਟਰੀ ਅਫਗਾਨਿਸਤਾਨ ਆ ਉਹ ਵੀ ਪਾਕਿਸਤਾਨਾ ਉਹ ਵੀ ਭਾਰਤ ਤੋਂ ਥੱਲੇ ਰਹਿ ਗਿਆ ਇਹ ਸੂਚੀ ਚ ਟੌਪ ਕਰ ਗਿਆ ਕੀ ਕਾਰਨ ਸਮਝਦੇ ਹੋ ਤੁਸੀਂ ਇਦਾਂ ਦੇ ਵੀ ਕਿਉਂ ਭਾਰਤ ਦਾ ਨਾਮ ਅਜੇਹੀ ਸੂਚੀ ਦੇ ਵਿੱਚ ਉੱਪਰ ਆਇਆ ਕਾਰਨ ਇਹ ਹੈ ਕਿ ਜਿਵੇਂ ਪਿਛਲੇ ਕੁਝ ਸਮੇਂ ਤੋਂ ਇਹਨਾਂ ਕੇਸੇ ਚ ਬਹੁਤ ਵਾਧਾ ਹੋ ਰਿਹਾ ਇਹ ਇਸੇ ਕਰਕੇ 네ਗੇਟਿਵ ਪਬਲਿਸਿਟੀ ਹੋ ਗਿਆ ਦੂਸਰਾ ਆਪਣੀ ਜਿਹੜੇ ਸਟੂਡੈਂਟ ਪੜ੍ਹੇ ਲੇ ਕੇ ਸਟੂਡੈਂਟਸ ਵੀ ਨੇ ਮੁੰਡੇ ਖਾਸ ਕਰ ਉਹਨਾਂ ਦਾ ਵੀ ਹਜੇ ਤੱਕ ਉਹ ਮੈਂਟੈਲਿਟੀ ਚੇਂਜ ਨਹੀਂ ਹੋਈ ਕਿ ਐਜੂਕੇਸ਼ਨ ਨਾਲ ਕਿਤੇ ਨਾ ਕਿਤੇ ਉਹ ਫਰਕ ਨਹੀਂ ਆਇਆ ਜਿਹੜਾ ਆਉਣਾ ਚਾਹੀਦਾ ਸੀ ਕਿ ਸਾਡਾ ਮਤਲਬ ਅਜੇ ਅੱਜ ਵੀ ਅਸੀਂ ਉਸੇ ਤਰੀਕੇ ਨਾਲ ਦੇਖਦੇ ਹਾਂ ਜੇ ਕੋਈ ਕੁੜੀ ਬਾਹਰ ਇਕੱਲੀ ਫਿਰ ਰਹੀ ਆ ਉਹਨੂੰ ਆਪਾਂ ਗਲਤ ਨਜ਼ਰਾਂ ਨਾਲ ਦੇਖਦੇ ਹਾਂ ਕਿ ਹਾਂ ਇਹ ਐਵੇਂ ਜਾ ਰਹੀ ਹੈ ਇਹਦੇ ਨਾਲ ਆਪਾਂ ਕੁਝ ਵੀ ਕਰ ਸਕਦੇ ਹਾਂ ਸੋਚ ਬਦਲਣ ਦੀ ਲੋੜ ਹੈ ਬਿਲਕੁਲ ਲੋੜ ਹੈ ਤੇ ਤੁਹਾਨੂੰ ਕੀ ਲੱਗਦਾ ਸਰਕਾਰਾਂ ਦੀ ਭੂਮਿਕਾ ਕਿਹੋ ਜਿਹੀ ਹੋਣੀ ਚਾਹੀਦੀ ਹੈ ਸਰਕਾਰਾਂ ਦੀ ਭੂਮਿਕਾ ਹੁਣ ਜਿਵੇਂ ਪਿੱਛੇ ਆਪਾਂ ਪਿੱਛੇ ਕੇਸਿਸ 'ਚ ਦੇਖਿਆ ਤੇ ਸਰਕਾਰ ਜਿਹੜੇ ਸਰਕਾਰ ਦੇ ਹੀ ਕੁਝ ਤੱਤ ਸੀਗੇ ਉਹ ਰੇਪਿਸ ਦੇ ਨਾਲ ਖੜੇ ਹੋ ਕੇ ਉਹਨਾਂ ਦੇ ਅਗੇਂਸਟ ਕੇਸਿਸ ਦੇ ਅਗੇਂਸਟ ਪ੍ਰੋਟੈਸਟ ਕਰ ਰਹੇ ਸੀਗੇ ਸੋ ਸਰਕਾਰਾਂ ਨੂੰ ਇਹ ਚਾਹੀਦਾ ਕਿ ਜੋ ਗਲਤ ਹੈ ਉਹਨੂੰ ਉਵੇਂ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕੀ ਨਾਮ ਸੀ ਤੁਹਾਡਾ ਅਰਸ਼ਪ੍ਰੀਤ ਅਸ਼ਪ੍ਰੀਤ ਕਿਦਾਂ ਦੇਖਦੇ ਹੋ ਭਾਰਤ ਹੁਣ ਲੜਕੀਆਂ ਲਈ ਸੁਰੱਖਿਤ ਨਹੀਂ ਰਿਹਾ ਮੈਂ ਤਾਂ ਮੇਰੇ ਖਿਆਲ ਚ ਤਾਂ এডਿਕੇਸ਼ਨ ਵੀ ਇੱਕ এডਿਕੇਸ਼ਨ ਬਾਕੀ ਜਿਵੇਂ ਨਾਲ ਦੇ ਮੇਰੇ ਫ੍ਰੀਂਡ ਨੇ ਕਿਹਾ ਕਿ ਨਾਰਥ ਆਪਣੇ ਨਾਰਥ ਇੰਡੀਆ ਚ ਇੰਨਾ ਹੈ ਨਹੀਂ ਜੇ ਆਪਾ ਯੂਪੀ ਬਿਹਾਰ ਸਾਈਡ ਦੇਖੀਏ ਉਥੇ ਜ਼ਿਆਦਾ ਕੇਸ ਇਹੋ ਜਿਹੇ ਪਾਏ ਜਾਂਦੇ ਆ ਤੇ ਬਾਕੀ ਮੀਡੀਆ ਵੀ ਮਤਲਬ ਕਈ ਮਤਲਬ ਜਿਹੜੇ ਅੰਡਰ ਰਿਕਾਰਡਡ ਕੇਸਿਸ ਨੇ ਮਤਲਬ ਮੀਡੀਆ ਆਪਣੇ ਤੱਕ ਨਹੀਂ ਪਹੁੰਚਾ ਸਕਦੀ ਉਹ ਚੀਜ਼ਾਂ ਤਾਂ ਤੁਹਾਨੂੰ ਕੀ ਲੱਗਦਾ ਕਿੰਦਾ ਇਨਾਂ ਚੀਜ਼ਾਂ ਤੋਂ ਬਚਿਆ ਜਾ ਸਕੇ ਕਿਉਂਕਿ ਭਾਰਤ ਦਾ ਇਸ ਅਜੇ ਹੀ ਸੂਚੀ ਦੇ ਵਿੱਚ ਸਿਖਰ ਤੇ ਪਹੁੰਚਣਾ ਸਾਡੇ ਲਈ ਬਹੁਤ ਸ਼ਰਮਨਾਕ ਗੱਲ ਹੈ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਕਹਿੰਦੇ ਹਾਂ ਅਸੀਂ ਇਹ ਕਹਿੰਦੇ ਹਾਂ ਕਿ ਭਾਰਤ ਡਿਵੈਲਪਿੰਗ ਕੰਟਰੀ ਆ ਲਗਾਤਾਰ ਵਿਕਾਸ ਕਰ ਰਹੀ ਹੈ ਪਰ ਵਿਕਾਸ ਦੇ ਵਿੱਚ ਅਜਿਹੀਆਂ ਸੂਚੀਆਂ ਦੇ ਵਿੱਚ ਟੌਪ ਕਰਨਾ ਕਿੰਦਾ ਦੇਖਦੇ ਤੁਸੀਂ ਅ ਮੇਰੇ ਖਿਆਲ ਚ ਕਿ ਮਿਹਨਤ ਆ ਹੀ ਹੈ ਮਤਲਬ ਐਜੂਕੇਸ਼ਨ ਹੀ ਆ ਮੈਨੂੰ ਇਹ ਐਜੂਕੇਸ਼ਨ ਕਰਕੇ ਤੇ ਬਾਕੀ ਹੱਲ ਕਿਦਾਂ ਦੇ ਦੇ ਵੀ ਕੀ ਕਰਨਾ ਚਾਹੀਦਾ ਵੀ ਪੜ੍ਹਾਈ ਹੋ ਗਈ ਪੜ੍ਹਾਈ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਤੁਹਾਨੂੰ ਲੱਗਦਾ ਕਿ ਸਰਕਾਰਾਂ ਦੀ ਭੂਮਿਕਾ ਕਿਹੋ ਜਿਹੀ ਹੋਣੀ ਚਾਹੀਦੀ ਹੈ ਸਾਡੀ ਆਪਣੀ ਭੂਮਿਕਾ ਕਿਹੋ ਜਿਹੀ ਹੋਣੀ ਚਾਹੀਦੀ ਹੈ ਤਾਂ ਜੋ ਅਜਿਹੇ ਕੇਸ ਨਾ ਆਵਣ ਅ ਮੇਰੇ ਖਿਆਲ ਚ ਕਿ ਆਪਾਂ ਨੂੰ ਜ਼ਿਆਦਾ ਤੋਂ ਮੇਰੇ ਖਿਆਲ ਚ ਕਿ ਸੈਮੀਨਾਰਸ ਵਗੈਰਾ ਜਿਵੇਂ ਇੰਸਟੀਚਿਊਟ ਵਗੈਰਾ ਚ ਵੀ ਆਪਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਇਹੋ ਚੀਜ਼ਾਂ ਦੱਸਣੇ ਚਾਹੀਦੀਆਂ ਟੀਚਰ ਆਪਾਂ ਨੂੰ ਟੀਚਰਸ ਜਾਗਰੂਕ ਕਰਨਾ ਚਾਹੀਦਾ ਆਪਾਂ ਨੂੰ ਮੇਰੇ ਖਿਆਲ ਚ ਸੋ ਕੁੱਲ ਮਿਲਾ ਕੇ ਦੇਖਿਆ ਜਾਵੇ ਕੰਟਰੀ ਬਦਲੋ ਦੇਸ਼ ਬਦਲੋ ਸਰਕਾਰਾਂ ਬਦਲ ਜਾਣ ਪਰ ਜਿਨ੍ਹਾਂ ਚਿਰ ਸੋਚ ਨਹੀਂ ਬਦਲੇਗੀ ਉਨ੍ਹਾਂ ਚਿਰ ਅਜਿਹੇ ਘਟਨਾਵਾਂ ਲਗਾਤਾਰ ਵਧਦੀਆਂ ਜਾਣਗੀਆਂ ਤੇ ਸੁਰੱਖਿਆ ਦੀ ਜਿਹੜੀ ਗੱਲ ਹੋ ਰਹੀ ਹੈ ਕਿਉਂਕਿ ਪੱਛਮੀ ਦੇਸ਼ਾਂ ਦੀ ਗੱਲ ਕਰੀਏ ਤਾਂ ਅਮਰੀਕਾ ਦਾ ਨਾਂ ਵੀ ਇਸ ਸੂਚੀ ਦੇ ਵਿੱਚ ਹੈਗਾ ਪਹਿਲੇ 10 ਦੇ ਵਿੱਚ ਤੋਂ ਇੱਥੋਂ ਸੋਚਣ ਦੀ ਲੋੜ ਹੈ ਕਿ ਇਕੱਲੇ ਦੇਸ਼ ਜਾਂ ਸਰਕਾਰਾਂ ਬਦਲਣ ਦੇ ਨਾਲ ਕੁਝ ਨਹੀਂ ਹੋਵੇਗਾ ਸੋਚ ਵੀ ਬਦਲਣੀ ਪਵੇਗੀ ਤਾਂ ਹੀ ਜਿਹੜੇ ਲੜਕੀਆਂ ਦੇ ਖਿਲਾਫ ਅਜਿਹੇ ਕੇਸਿਸ ਵਧ ਰਹੇ ਨੇ ਲੜਕੀਆਂ ਦੀ ਸੁਰੱਖਿਆ ਨਾਲ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਨੇ ਤੇ ਭਾਰਤ ਅਜਹੀ ਸੂਚੀ ਦੇ ਵਿੱਚ ਸਿਖਰ ਤੇ ਪਹੁੰਚ ਜਾਂਦਾ ਤਾਂ ਇਹਹੀ ਕਾਰਨ ਹੈ ਕਿ ਕਿਤਨਾ ਕਿਤੇ ਸੋਚ ਸਾਡੀ ਲੋਕਾਂ ਦੀ ਨਹੀਂ ਬਦਲ ਰਹੀ